ਦੇਖੋ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਸਿਸਟਮ ਹੈ ਨਾ ਇੱਕ ਓਪਰਚੁਨਿਟੀ ਪਾਰਟੀ ਹੈ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਨਾਲ ਜੋੜਿਆ ਇਹਨਾਂ ਨੇ ਜਦੋਂ ਜਦੋਂ ਲੋਕਾਂ ਨੂੰ ਜਿਹੜੇ ਸਿਆਣੇ ਲੋਕ ਨੇ ਪਤਾ ਚੱਲਦਾ ਹੈ ਕਿ ਬਿਲਕੁਲ ਪੰਜਾਬ ਦਾ ਬੇੜਾ ਗਰਕ ਕਰਨ ਆਏ ਨੇ ਤੇ ਇਹ ਲੋਕ ਡਿਸਲੂਜਨ ਹੋ ਗਏ ਲੋਕਾਂ ਦਾ ਦਿਮਾਗ ਦੇ ਨਕਸ਼ੇ ਖੁੱਲ ਗਏ ਇਸ ਲਈ ਲੋਕ ਛੱਡ ਰਹੇ ਨੇ ਪਾਰਟੀ ਨੇ ਬਟਾਲੇ ਚ ਵੀ ਇਹਨਾਂ ਦਾ ਦਫ਼ਤਰ ਹੀ ਬੰਦ ਹੋ ਚੱਲਿਆ ਮੈਨੂੰ ਦੱਸਿਆ ਪਤਾ ਲੱਗਾ ਕਿ ਦਫ਼ਤਰ ਬੰਦ ਕਰ ਦਿੱਤਾ ਉਹਨਾਂ ਨੇ ਜਿਹੜੇ ਜਿਹੜੇ 100 ਤੋਂ ਵੱਧ ਇਹਨਾਂ ਦੇ ਆਫਿਸ ਵੇਅਰ ਜਾ ਰਹੇ ਨੇ ਛੱਡ ਕੇ ਕਹਿੰਦਾ ਦਫਤਰ ਬੰਦ ਕਰਤਾ ਆਪ ਪਾਰਟੀ ਦਾ ਇਹ ਪੰਜਾਬ ਚ ਇਹਨਾਂ ਦਫਤਰ ਬੰਦ ਹੋਏ ਨਾ ਕੋਈ ਗੱਲ ਹੈ ਨਹੀਂ ਇਹਨਾਂ ਦੀ ਲੱਕਰ ਪਾਣ ਦੀ ਨਹੀਂ 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 ਇਹਦੇ ਚੌਥੇ ਪੰਜਵੇਂ ਨੰਬਰ ਤੇ ਆਣਗੇ ਜੀ ਇਹਨਾਂ ਦਾ ਕੋਈ ਆਪ ਪਾਰਟੀ ਦਾ ਸਾਡੇ ਮੱਝ ਚ ਤੇ ਕੋਈ ਇੱਥੇ ਇਹਨਾਂ ਮੈਂ ਜੋ ਦੇਖਦਾ ਕੋਈ ਆਧਾਰ ਨਹੀਂ ਹੈਗਾ ਬਾਕੀ ਪੂਰੇ ਪੰਜਾਬ ਦਾ ਸਰਵੇ ਵੀ ਆ ਜਾਏਗਾ ਤੁਹਾਨੂੰ ਪਤਾ ਚੱਲੀ ਜਾਏਗਾ